ਅਸੀਂ ਰਲ ਮਿਲ ਕੇ ਗਣਤੰਤਰ ਦਿਵਸ 73 ਗਣਤੰਤਰ ਦਿਵਸ ਮਨਾ ਰਹੇ ਹਾਂ। ਸੋ ਇਹ ਸਾਰਿਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਾਂ ਹੋਣ। ਇਹ ਅੱਜ ਦਾ ਜੋ ਦਿਹਾੜਾ ਵਾ ਇਹ ਬੜਾ ਮਹੱਤਵਪੂਰਨ ਦਿਹਾੜਾ, ਕਿਉਂਕਿ ਜਦੋਂ ਇੱਕ ਦੇਸ਼ ਸਾਡਾ 1947 ਨੂੰ ਆਜ਼ਾਦ ਹੁੰਦਾ ਹੈ ਅਤੇ ਉਸਨੂੰ ਚਲਾਉਣ ਵਾਸਤੇ ਇੱਕ ਸੰਵਿਧਾਨ ਦੀ ਬੜੀ ਜ਼ਰੂਰਤ ਸੀ, ਕਿਉਂਕਿ ਸਾਡਾ ਦੇਸ਼ ਬਹੁਤ ਵੱਡਾ ਹੈ, ਅਨੇਕ ਬੜੇ ਤਰ੍ਹਾਂ ਦੇ ਸਾਰੇ ਲੋਕ ਹਰ ਤਰੀਕੇ ਦੇ ਇੱਥੇ ਲੋਕ ਵੱਸਦੇ ਨੇ। ਸੋ ਇਸ ਨੂੰ ਵੇਖਦੇ ਹੋਏ ਇੱਕ ਜ਼ਿੰਮੇਵਾਰੀ ਦਿੱਤੀ ਗਈ ਡਾਕਟਰ ਅੰਬੇਦਕਰ ਰਾਜ ਜੀ ਸਾਹਿਬ ਜੀ ਜੋ ਚੇਅਰਮੈਨ ਬਣੇ ਇਸ ਕਮੇਟੀ ਦੇ। 26 ਨਵੰਬਰ 1949 ਨੂੰ ਇਹ ਸੰਵਿਧਾਨ ਬਣ ਕੇ ਤਿਆਰ ਹੋਇਆ, ਅਡੋਪਟ ਕਰ ਲਿਆ ਗਿਆ ਇਹਨੂੰ, ਅਤੇ 26 ਜਨਵਰੀ 1950 ਨੂੰ ਇਹਨੂੰ ਦੇਸ਼ ਵਾਸਤੇ ਲਾਗੂ ਕਰ ਦਿੱਤਾ ਗਿਆ। ਇਹ ਸੰਵਿਧਾਨ ਜਿਹੜਾ ਡੈਮੋਕ੍ਰੇਸੀ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਡੈਮੋਕ੍ਰੇਸੀ ਸਾਡਾ ਦੇਸ਼ ਹੈ, ਪਰ ਇਸ ਨੂੰ ਲਿਖਣਾ ਬਹੁਤ ਮੁਸ਼ਕਲ ਸੀ, ਬਹੁਤ ਜ਼ਿਆਦਾ ਕਠਿਨ ਸੀ, ਪਰ ਬੜੀ ਹੀ ਸਖਤ ਮਿਹਨਤ ਤੋਂ ਬਾਅਦ ਇਸ ਨੂੰ ਜੋੜੋ ਬਣਾ ਕੇ ਇਸ ਨੂੰ ਅੱਜ 26 ਜਨਵਰੀ ਨੂੰ ਜਦੋਂ ਲਾਗੂ ਕੀਤਾ ਗਿਆ, ਜਿਸ ਦੇ ਦੇਸ਼ 'ਚ ਅੱਜ ਤੱਕ ਉਸ ਸੰਵਿਧਾਨ ਦੇ ਨਾਲ ਚੱਲ ਰਿਹਾ ਹੈ। ਸੋ ਅਸੀਂ ਆਪਣੇ ਵੱਲੋਂ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਡੇ ਸਤਿਕਾਰਯੋਗ ਸੁਰਿੰਦਰ ਕੌਰ ਜੀ, ਮਾਤਾ ਸਰਦਾਰ ਹਰਭਜਨ ਸਿੰਘ ਜੀ ETO ਕੈਬਨਿਟ ਮੰਤਰੀ ਪੰਜਾਬ ਅੱਜ ਦੇ ਮੁੱਖ ਮਹਿਮਾਨ ਨੇ, ਉਹਨਾਂ ਦੇ ਨਾਲ ਸਮੂਹ ਪਰਿਵਾਰ ਨੇ, ਸੁਖਵਿੰਦਰ ਸਿੰਘ ਸਾਡੇ ਦਿਨੇਸ਼ ਪਾਠਕ ਜੀ ਜੁਆਇੰਟ ਸਕੱਤਰ ਪੰਜਾਬ, ਸਮੂਹ ਟੀਮ ਸਾਰੀ ਇੱਥੇ ਆਮ ਆਦਮੀ ਪਾਰਟੀ ਦੀ ਜੋ ਰਲ ਮਿਲ ਕੇ ਅਸੀਂ ਇੱਥੇ ਕਮੇਟੀ ਨਗਰ ਕੌਂਸਲ ਦੇ ਵਿੱਚ ਜਿਹੜੋ ਮਨਾ ਰਹੇ ਹਾਂ। ਇਹੀ ਬੇਨਤੀ ਸਾਰਿਆਂ ਨੂੰ ਕਰਦੇ ਹਾਂ ਕਿ ਜਿਸ ਤਰ੍ਹਾਂ ਆਪਾਂ ਸਾਰੇ ਇੱਕ ਹੋ ਕੇ ਇੱਥੇ ਜਿੰਨੇ ਵੀ ਤਿਉਹਾਰ 15 ਅਗਸਤ ਜਾਂ 26 ਜਨਵਰੀ ਮਨਾਵਾਂਗੇ, ਅਤੇ ਇਸ ਤਰ੍ਹਾਂ ਹੀ ਅੱਗੇ ਤੋਂ ਸਾਰੇ ਮਨਾਏ ਜਾਣ। ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਦੇ ਅੱਜ ਦੇ ਸ਼ੁਭ ਦਿਹਾੜੇ ਦੀਆਂ। ਇਸ ਦੇ ਨਾਲ ਹੀ ਮੈਂ ਇੱਕ ਹੋਰ ਤੁਹਾਨੂੰ ਇਸ ਸ਼ੁਭ ਦਿਹਾੜੇ ਦਾ, ਅੱਜ ਦਾ ਜੋ ਦਿਨ ਬਹੁਤ ਮਹਾਨ ਦਿਨ ਹੈ ਜੀ, ਅੱਜ ਸਿੱਖ ਕੌਮ ਦੇ ਮਹਾਨ ਯੋਧੇ ਗੁਰੂ ਨਿਗਮ ਗਿਆਨੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਵੀ ਹੈ, ਹੋਰ ਦੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਨੰਦ ਕਾਰਜ ਦਿਹਾੜਾ ਵੀ ਅੱਜ ਹੈ, ਪੰਚ ਪੈਚਮੀ ਹੈ ਅੱਜ, ਬਸੰਤ ਪੈਚਮੀ ਹੈ। ਸੋ ਇਹਨਾਂ ਸਾਰਿਆਂ ਹੀ ਦਿਹਾੜਿਆਂ ਦੀ ਸਾਡੇ ਸਤਿਕਾਰਯੋਗ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਜੀ ETO ਕੈਬਨਿਟ ਮੰਤਰੀ ਪੰਜਾਬ, ਉਹਨਾਂ ਦੇ ਮਾਤਾ ਜੀ ਸੁਰਿੰਦਰ ਕੌਰ ਜੀ ਵੱਲੋਂ, ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਅਤੇ ਜੰਡਿਆਲੇ ਦੀ ਪੂਰੀ ਸਾਰੀ ਟੀਮ ਵੱਲੋਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ। ਅੱਜ ਜੀ 74 ਗਣਤੰਤਰ ਦਿਵਸ ਅਸੀਂ ਜੰਡਿਆਲਾ ਗੁਰੂ ਨਗਰ ਕੌਂਸਲ 'ਚ ਬੜੀ ਧੂਮਧਾਮ ਦੇ ਨਾਲ ਮਨਾ ਰਹੇ ਹਾਂ ਜੀ। ਮੇਰੇ ਨਾਲ ਜਤਿੰਦਰ ਸਿੰਘ ਜੀ ਨਾਢੀ ਕੌਂਸਲਰ ਅਤੇ ਸਰਪੰਚ ਬਬਲੂ ਸਰਪੰਚ ਜੀ ਇਹ ਵੀ ਕੌਂਸਲਰ ਖੜ੍ਹੇ ਹਾਂ। ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਮੈਂ ਸਾਰੇ ਦੇਸ਼ ਨੂੰ, ਸਾਰੇ ਪੰਜਾਬ ਨੂੰ ਔਰ ਖਾਸ ਕਰਕੇ ਜੰਡਿਆਲਾ ਗੁਰੂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਵਾਂ ਕਿ ਇਸ ਤਰ੍ਹਾਂ ਹੀ ਹਮੇਸ਼ਾ ਰਲ ਮਿਲ ਕੇ ਇਹ ਦਿਨ ਜਿਹੜੇ ਆ ਮਨਾਏ ਜਾਣ ਅਤੇ ਜਿਹੜੇ ਜੰਡਿਆਲੇ ਦੀ ਜਿਹਦੇ ਨਾਲ ਤਰੱਕੀ ਹੋ ਸਕੇ। ਇੱਥੇ ਕਿਸੇ ਤਰ੍ਹਾਂ ਦੀ ਵੀ ਕੋਈ ਪਾਰਟੀਬਾਜ਼ੀ ਦਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ, ਸਾਰਾ ਅਸੀਂ ਰਲ ਮਿਲ ਕੇ ਹੀ ਸਾਰੇ ਕੰਮ ਨੂੰ ਕਰ ਰਹੇ ਹਾਂ। ਸਾਡੇ ਨਾਲ ਸਾਰੇ ਸਟਾਫ ਵੀ, ਜਿੰਨੇ ਅਫਸਰ ਸਾਹਿਬਾਨ ਆ, ਜਿੰਨੇ ਮੁਲਾਜ਼ਮ ਸਾਹਿਬਾਨ ਆ, ਸਾਰੇ ਪੂਰਾ ਸਾਡਾ ਸਹਿਯੋਗ ਕਰ ਰਹੇ ਆ। ਅਤੇ ਆਮ ਆਦਮੀ ਪਾਰਟੀ ਦੇ ਵੀ ਪਾਠਕ ਜੀ ਡਿੰਪੀ ਜੀ ਉਹ ਵੀ ਸਾਰੇ ਇੱਥੇ ਆਏ ਆ, ਅਤੇ ਮੰਤਰੀ ਸਾਹਿਬ ਦੇ ਮਾਤਾ ਜੀ ਅੱਜ ਦੇ ਮੁੱਖ ਮਹਿਮਾਨ ਨੇ, ਉਹ ਵੀ ਸਾਡੇ 'ਚ ਬੈਠੇ ਆ। ਮੈਂ ਸਾਰਿਆਂ ਦੇ ਇੱਥੇ ਆਉਣ 'ਤੇ ਸਾਰਿਆਂ ਨੂੰ ਜੀਆਂ ਆਖਦਾ, ਬਹੁਤ ਬਹੁਤ ਧੰਨਵਾਦ ਕਰਦਾ। ਇੱਦਾਂ ਹੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਅਤੇ ਹਮੇਸ਼ਾ ਹੀ ਇਸ ਦਿਨ ਨੂੰ ਅਸੀਂ ਸਾਰੇ ਜਣੇ ਧੂਮਧਾਮ ਨਾਲ ਮਨਾਈਏ। ਜੈ ਹਿੰਦ। ਇੱਕ ਜੀ ਆਪਣਾ ਬਸੰਤ ਦਾ ਤਿਉਹਾਰ ਆ ਰਿਹਾ ਜੀ, ਠੀਕ ਹੈ ਜੀ, ਉਹਦੇ ਬਾਰੇ ਚਾਈਨਾ ਡੋਰ ਬਾਰੇ ਸਰਕਾਰ ਕਹਿ ਰਹੀ ਜੀ, ਉਹਦੇ ਬਾਰੇ ਦੱਸੋ। ਚਾਈਨਾ ਡੋਰ ਤਾਂ ਬੜੀ ਮਾੜੀ ਚੀਜ਼ ਆ ਜੀ, ਪਰ ਚਾਹੀਦਾ ਸਰਕਾਰ ਨੂੰ ਇਹ ਕਿ ਉੱਪਰੋਂ ਬਿੱਲਾਂ ਬੰਦ ਕਰ ਦੇਵੇ ਤਾਂ ਸਭ ਤੋਂ ਬੈਟਰ ਆ। ਬਾਕੀ ਇੱਥੇ ਮੁੜ ਕੇ ਲੋਕ ਖਰੀਦ ਲੈਂਦੇ ਆ ਅਤੇ ਫਿਰ ਉਹਨਾਂ ਨੂੰ ਕਹਿੰਦੇ ਆ, ਥੜੇ ਤੌਰ 'ਤੇ ਪਬਲਿਕ ਨੂੰ ਵੀ ਚਾਹੀਦਾ ਕਿ ਅਸੀਂ ਆਹ ਬਾਈਕਾਟ ਹੀ ਕਰ ਦਈਏ, ਇਹਨੂੰ ਖਰੀਦੀਏ ਹੀ ਨਾ, ਅਤੇ ਆਪਣੇ ਆਪ ਜਿਹੜੀ ਆ ਬੰਨੀ ਵੀ ਬੰਦ ਹੋ ਜਾਵੇ। ਬਾਕੀ ਬੈਟਰ ਤਾਂ ਸਭ ਤੋਂ ਇਹ ਆ ਕਿ ਉੱਪਰੋਂ ਪਹਿਲਾਂ ਬੰਦ ਕਰਾਉਣ, ਅਤੇ ਬਹੁਤ ਵਧੀਆ ਗੱਲ ਆ, ਲੋਕਾਂ ਦਾ ਬਹੁਤ ਨੁਕਸਾਨ ਇਹਦੇ ਵਿੱਚ ਹੋਇਆ ਵਾ। ਆਉਣ ਵਾਲੇ ਟਾਈਮ 'ਚ ਹਰ ਵਾਰ ਕਹਿ ਦਿੰਦੇ ਆ ਪਰ ਹੁੰਦਾ ਨਹੀਂ ਗਾ। ਮੈਂ ਤਾਂ ਇਸਦੇ ਬਹੁਤ ਵਿਰੋਧ ਹਾਂ ਜੀ, ਅਸੀਂ ਤਾਂ ਗੁੱਡੀ ਲਾਉਣੀ ਬੰਦ ਕਰ ਦਿੱਤੀ ਆ, ਤਾਂ ਬੱਚਿਆਂ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਵੀ ਨਹੀਂ ਹੱਥ ਲਾਉਣਾ, ਬਿਲਕੁਲ ਵੀ ਗੱਲ ਹੈ।